चंडीगढ़ च अज एशो दा ग्रैंड फिनाले होवेगा। एशो नू लेके लोकां च भारी उत्साह देखण नू मिल रहा है। करीब 35,000 लोग एशो वेखण लई पहुंचे। इस एशो च मुख मेहमान वजो राष्ट्रपति द्रौपदी मुर्मू कुछ ही देर च शिरकत करन वाली हन। इस तो पहला लोगों इस शो लई सुखना लेक तक पहुँचाने लई C2 दियां गड्डियां लगियां होईयां हन। लोग अपने पॉइंट तक आपो अपने वाहनां राही पहुँच रहे सी। इस दे लई चंडीगढ़ प्रशासन वल्लों पुख्ता इंतजाम किए गए सन। इस दे बाद चैकिंग दे बाद लोगों दे पास वेखण मगरों उन्हां नूं C2 दियां बसां च सुखना लेक तक पहुँचाया गया। इह शो खत्म होण दे बाद C2 दियां बसां इसी तरह लोगों नूं उन्हां दे पार्किंग पॉइंट तक ही भी पहुँचाणगियां। लोगों ने जो स्लॉट बुक करवाई सी अते बुकिंग करवाई गई सी उसकी सख्ती नाल चैकिंग की जा रही सी। बिना बुकिंग दे किसी नूं भी जान नहीं दिता जा रहा सी। पानी की बोतल के अलावा किसी नूं कुछ भी ले जाण दी इजाजत नहीं सी। इत्थे तक कि कोई अपना पर्स भी नहीं ले जा सकता सी। हालांकि एशो नूं लै के लोग बहुत उत्साहित सन। इस नूं वेखण लई लोगों ने की कहा तुसीं भी सुनो। इंतजाम किए हैं और बहुत ही सपोर्टिव स्टाफ है इनका जो स्कैनिंग कर रहा है। बहुत थैंक यू, ऑल द बेस्ट, जय हिंद। बहुत अच्छी तरह से बहुत इंतजाम अच्छा है। तो कुछ नहीं है, अंतर तो सब ठीक ठाक चल रहा है। आगे देखते हैं। अभी आए हैं, अभी आए हैं, बसेस लगी हैं। यहाँ से चेक होके जाएंगे तो वहाँ पे अफरा तफरी नहीं होगी। ਵਧੀਆ ਨੇ ਜੀ। ਪਾਰਕਿੰਗ ਫੀਸ ਦੇਖੋ, ਪਾਰਕਿੰਗ ਲੋਟ ਇਹਨਾਂ ਨੇ ਇਸ ਵਾਰੀ ਬੁੱਕ ਕੀਤੇ ਨੇ ਅਸੀਂ, ਕਿਉਂਕਿ ਲਾਸਟ ਈਅਰ ਦਾ ਐਕਸਪੀਰੀਅੰਸ ਸ਼ੇਅਰ ਕਰੀਏ ਜੇ ਤਾਂ ਪਿਛਲੀ ਵਾਰੀ ਬਹੁਤ ਰਸ਼ ਪੈ ਗਿਆ ਸੀਗਾ ਅਤੇ ਲੋਕ ਦਰਖਤ 'ਤੇ ਚੜ੍ਹ ਕੇ ਵੀ ਦੇਖ ਰਹੇ ਸੀਗੇ। ਐਸੀ C2 ਨੇ ਬਹੁਤ ਹੈਲਪ ਕੀਤੀ ਹੈਗੀ ਹੈ ਸਾਰਿਆਂ ਲਈ, ਨਾਲੇ ਪਾਰਕਿੰਗ ਲਈ ਇਹਨਾਂ ਨੇ ਸਾਨੂੰ ਅਲੋਟ ਕੀਤੇ ਨੇ। ਅਤੇ ਸੈਕਿੰਡ ਟਾਈਮ ਦੇਖਦੇ ਹਾਂ ਹੁਣ ਕਿ ਉੱਥੇ ਕੀ ਹੁੰਦੀਆਂ ਹੁੰਦੀਆਂ। ਕੋਈ ਪ੍ਰੋਬਲਮ ਨਹੀਂ ਹੈ, ਕੋਈ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਨਾਲ ਦੀ ਨਾਲ ਸੋਲਵ ਆਊਟ ਹੋ ਰਹੇ ਨੇ। ਬਹੁਤ ਵਧੀਆ ਲੱਗ ਰਿਹਾ ਜੀ। ਨਾਲੇ ਏਅਰ ਸ਼ੋ ਡੇ ਹੈ ਅੱਜ ਉਹਨਾਂ ਦਾ, ਏਅਰਫੋਰਸ ਡੇ ਹੈਗਾ, ਨਾਲੇ ਪ੍ਰਾਊਡ ਆ ਇੰਡੀਆ ਦੇ। ਜੈ ਹਿੰਦ। ਏਅਰ ਸ਼ੋ ਦੌਰਾਨ ਕੋਈ ਵੀ ਖਾਣ ਪੀਣ ਦਾ ਸਮਾਨ ਨਾਲ ਨਹੀਂ ਲੈ ਜਾ ਸਕਦਾ ਸੀ, ਸਿਰਫ ਪਾਣੀ ਦੀ ਟਰਾਂਸਪੇਰੈਂਟ ਬੋਤਲ ਹੀ ਲੈ ਜਾ ਸਕਦੇ ਸੀ। ਲੇਕ ਤੇ ਪਾਣੀ ਅਤੇ ਪਖਾਨੇ ਦੀ ਉਚਿਤ ਵਿਵਸਥਾ ਕੀਤੀ ਗਈ ਸੀ। ਦੇਖੋ ਜੀ, ਅਸੀਂ ਜਿਹਨਾਂ ਦੀ ਔਨਲਾਈਨ ਬੁਕਿੰਗ ਹੋਈ ਹੈ ਉਹਨਾਂ ਦਾ ਪੂਰਾ ਸਿਸਟਮ ਜਿਹੜਾ ID ਪਰੂਫ ਦੇ ਨਾਲ ਸਕੈਨ ਕਰਕੇ ਅੱਗੇ ਭੇਜ ਰਹੇ ਹਾਂ। ਕੋਈ ਕਿਸੇ ਨੂੰ ਬੈਗ ਲੋਡ ਨਹੀਂ ਹੈ, ਕੋਈ ਕੈਮਰਾ ਲੋਡ ਨਹੀਂ ਹੈ, ਸਿਰਫ ਇੱਕ ਪਾਣੀ ਦੀ ਬੋਟਲ ਹੈ ਜਿਹੜੀ ਪਲਾਸਟਿਕ ਵਾਲੀ, ਉਹ ਲੋਡ ਕਰ ਰਹੇ ਹਾਂ। ਬਾਕੀ ਪੂਰਾ ਜੋ ਅਸੀਂ ਸਿਸਟਮ ਹੈ, ਜੋ ਇੰਸਟਰਕਸ਼ਨਾਂ ਨੇ ਸਰਕਾਰ ਦੀਆਂ ਸਾਨੂੰ ਦਿੱਤੀਆਂ, ਉਸ ਕਰਕੇ ਅਸੀਂ ਜਾ ਰਹੇ ਹਾਂ। ਲੇਕਿਨ ਪਬਲਿਕ ਆ ਰਹੀ ਹੈ ਬਹੁਤ ਜ਼ਿਆਦਾ, ਜਿਹੜੀ ਪਬਲਿਕ ਹੈ ਮਤਲਬ ਜਿਹੜੀ ਸਾਡੀ ਐਪ ਹੈ ਉਹਨੂੰ ਲੋਡ ਕੀਤਾ ਪਬਲਿਕ ਨੇ, ਅਤੇ ਅਸੀਂ ਪਬਲਿਕ ਦੀ ਸੇਵਾ ਕਰ ਰਹੇ ਹਾਂ, ਬਹੁਤ ਵਧੀਆ ਚੱਲ। ਜ਼ਿਕਰਯੋਗ ਹੈ ਕਿ ਏਅਰ ਸ਼ੋਅ ਵੇਖਣ ਲਈ ਲੋਕਾਂ 'ਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸ ਦੇ ਲਈ ਬੱਸਾਂ 'ਚ ਭਰ ਭਰ ਕੇ ਲੋਕ ਸੁਖਨਾ ਲੇਕ ਜਾ ਰਹੇ ਹਨ। ਜਗਬਾਣੀ TV ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ।